हाँ जी, स्वागत है जी मेरे चैनल ते तुहाडे सारेयां दा। बई जिवें कि तुहानू पता ही आ कि जिहड़ा गोल्डन चांस दा फार्म आ दोस्तो ओह आ चुकिया वा, ते इसे रिलेटेड मैं अज बोर्ड दे अधिकारी नाल गल कीती सीगी। ते कई फ्रेंड्स नू मतलब कन्फ्यूजन सीगी कि जिहड़ा गोल्डन चांस दा फार्म आया वा ओह 2019 वालेयां लई हैगा कि नहीं, मतलब जिन्हां ने 2019 विच इस साल पेपर दित्ते सीगे मार्च दे विच ਉਹਨਾਂ ਲਈ ਵੀ ਆਹ ਗੋਲਡਨ ਚਾਂਸ ਮਿਲਿਆ ਵਾ ਉਹਨਾਂ ਨੂੰ ਕਿ ਨਹੀਂ ਮਿਲਿਆ ਦੋਸਤੋ। ਅਤੇ ਮਤਲਬ ਇਸੇ ਰਿਲੇਟਡ ਮੈਂ ਮਤਲਬ ਫੋਨ ਕੀਤਾ ਸੀਗਾ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਹੈ ਦੋਸਤੋ ਮੈਂ, ਅਤੇ ਜਿਹੜੀ ਵੀ ਰਿਕਾਰਡਿੰਗ ਆ ਜੀ ਵੀਰੇ ਮੈਂ ਤੁਹਾਨੂੰ ਸੁਣਾ ਦਿੰਦਾ ਉਹਨਾਂ ਨੇ ਕੀ ਕਿਹਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਮਤਲਬ ਕੋਈ ਫੇਕ ਨਿਊਜ਼ ਨਹੀਂ ਲੈ ਕੇ ਆਉਂਦੇ ਦੋਸਤੋ, ਆਪਾਂ ਕੋਈ ਗੂਗਲ 'ਤੇ ਸਰਚ ਨਹੀਂ ਮਾਰਦੇ ਉਹਨੇ, ਆਪਾਂ ਸਿੱਧਾ PSEB ਕਾਲ ਕਰੀਦਾ ਹੁੰਦਾ ਦੋਸਤੋ, ਅਤੇ ਉਹਨਾਂ ਹੀ ਤੋਂ ਸਿੱਧੇ ਬੋਰਡ ਦੇ ਅਧਿਕਾਰੀ ਤੋਂ ਪੁੱਛ ਲਈਦਾ ਹੁੰਦਾ ਦੋਸਤੋ ਕਿ ਮਤਲਬ ਕੀ ਹਿਸਾਬ ਕਿਤਾਬ ਆ ਰਿਜ਼ਲਟ ਬਾਰੇ, ਕੋਈ ਵੀ ਅਪਡੇਟ ਬਾਰੇ, DMC ਬਾਰੇ ਦੋਸਤੋ। ਅਤੇ ਇਸੇ ਰਿਲੇਟਡ ਵੀਰੇ ਗੋਲਡਨ ਚਾਂਸ ਦੇ ਬਾਰੇ ਮਤਲਬ ਫਰੈਂਡਸ ਕਹਿ ਰਹੇ ਸੀਗੇ ਕਾਫੀ, ਅਤੇ ਇਸੇ ਰਿਲੇਟਡ ਮੈਂ ਅੱਜ ਕਾਲ ਕੀਤਾ ਸੀ ਬੋਰਡ ਦੇ ਅਧਿਕਾਰੀ ਨੂੰ ਕਿ ਜਿਹੜੇ 2019 ਵਾਲੇ ਵਿਦਿਆਰਥੀ ਨੇ ਜਿਨ੍ਹਾਂ ਨੇ ਮਾਰਚ ਦੇ ਵਿੱਚ ਪੇਪਰ ਦਿੱਤੇ ਸੀਗੇ 10ਵੀਂ ਅਤੇ 12ਵੀਂ ਕਲਾਸ ਵਾਲਿਆਂ ਨੇ, ਕਿ ਉਹ ਜਿਹੜਾ ਗੋਲਡਨ ਚਾਂਸ ਦਾ ਫਾਰਮ ਆਇਆ ਵਾ ਉਹ ਮਤਲਬ 2019 ਵਾਲੇ ਵਿਦਿਆਰਥੀਆਂ ਲਈ ਵੀ ਹੈਗਾ ਵਾ, ਅਤੇ ਉਹਨਾਂ ਨੇ ਮੈਨੂੰ ਕੀ ਕਿਹਾ ਦੋਸਤੋ। ਆਪਾਂ ਪਹਿਲਾਂ ਰਿਕਾਰਡਿੰਗ ਸੁਣਦੇ ਹਾਂ ਪੂਰੀ, ਅਤੇ ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਦੋਸਤੋ। ਅਤੇ ਹੁਣ ਆਪਾਂ ਚੱਲਦੇ ਹਾਂ ਰਿਕਾਰਡਿੰਗ ਵਾਲੇ ਸੈਕਸ਼ਨ 'ਤੇ ਦੋਸਤੋ। ਅਤੇ ਵੀਰੇ ਜਿਹੜੀ ਆਹ ਰਿਕਾਰਡਿੰਗ ਆ ਜੇਕਰ ਤੁਹਾਨੂੰ ਇੱਥੋਂ ਨਾ ਸੁਣਾਈ ਦੇਵੇ ਦੋਸਤੋ, ਤਾਂ ਇਹਦਾ ਲਿੰਕ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਦੋਸਤੋ, ਤੁਸੀਂ ਉੱਥੇ ਜਾ ਕੇ ਕਲੀਅਰ ਕਲੀਅਰ ਸੁਣ ਲਿਓ ਦੋਸਤੋ ਕਿ ਉਹ ਕੀ ਕਹਿ ਰਹੇ ਨੇ ਦੋਸਤੋ। ਅਤੇ ਹੁਣ ਆਪਾਂ ਇੱਥੇ ਰਿਕਾਰਡਿੰਗ ਸ਼ੁਰੂ ਕਰਦੇ ਹਾਂ ਫਰੈਂਡਸ, ਅਤੇ ਆਹ ਰਿਕਾਰਡਿੰਗ ਸੁਣਿਓ। ਹੈਲੋ, ਹਾਂਜੀ ਸਰ ਜੀ, ਉਹ 2019 ਜਿਹੜਾ ਗੋਲਡਨ ਚਾਂਸ ਆਇਆ ਵਾ ਇਸ ਵਾਰ, ਯਾਰ 19 ਵਾਲਿਆਂ ਨੂੰ ਨਹੀਂ ਹੈ, 19 ਵਾਲਿਆਂ ਨੂੰ ਤਾਂ ਵੈਸੇ ਚਾਂਸ ਮਿਲਦਾ, 2 ਚਾਂਸ ਰਹਿ ਗਏ, 18 ਤਾਂ ਰਹਿ ਗਏ, 2400 ਤੋਂ 18 ਤੱਕ। ਅੱਛਾ ਜੀ, ਜਿਹੜੇ ਫੇਲ ਹੋ ਗਏ ਨੇ ਉਹਨਾਂ ਦੀ ਕੀ, ਜਿੰਨਾ ਦੀ ਡਿਪਾਰਟਮੈਂਟ ਸੀ 2018 ਵਾਲੇ ਡਿਪਾਰਟਮੈਂਟ ਵਾਲਿਆਂ ਨੂੰ ਹੈ? ਅੱਛਾ ਜੀ, ਕਦੋਂ? ਅੱਛਾ ਜੀ, ਕਦੋਂ ਦੀ ਤੁਹਾਡੀ? ਹਾਂਜੀ ਮੇਰੀ ਗਈ 19 ਵਾਲੀ ਸੀਗੀ, ਹਾਂਜੀ ਮੇਰਾ ਕੰਪਾਰਟਮੈਂਟ ਸੀਗਾ ਜੀ ਮੇਰਾ ਤਾਂ। ਹਾਂ, ਫਿਰ ਇੱਕ ਚਾਂਸ ਨਿਕਲੂਗਾ, ਹਾਲੇ ਵੇਟ ਕਰੋ, ਠੀਕ ਹੈ, ਕੰਪਾਰਟਮੈਂਟ ਦਾ ਉਹਦੇ ਬਾਅਦ ਨਿਕਲੂਗਾ। ਹਾਂਜੀ, ਉਹ ਹਾਂਜੀ, ਜਿਵੇਂ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਜਿਹੜਾ ਗੋਲਡਨ ਚਾਂਸ ਆਇਆ ਵਾ ਦੋਸਤੋ ਉਹ 2019 ਵਾਲਿਆਂ ਲਈ ਨਹੀਂ ਹੈਗਾ ਦੋਸਤੋ, ਉਹ ਸਿਰਫ ਜਿਨ੍ਹਾਂ ਨੇ 2003 ਦੇ ਵਿੱਚ ਪੇਪਰ ਦਿੱਤੇ ਸੀ ਅਤੇ ਉਸ ਤੋਂ ਬਾਅਦ ਵਾਲੇ ਸਾਲ ਜਿਵੇਂ ਕਿ 4, 5, 6, 7 ਜਿਹੜੇ ਵੀ ਸਾਲ ਹੈਗੇ 2018 ਤੱਕ ਜਿਨ੍ਹਾਂ ਨੇ ਪੇਪਰ ਦਿੱਤੇ ਸੀਗੇ ਉਹਨਾਂ ਲਈ ਸਿਰਫ ਹੈਗਾ ਗੋਲਡਨ ਚਾਂਸ, ਅਤੇ ਜਿਹੜੇ 2019 ਵਾਲੇ ਨੇ ਕਲਾਸ 10ਵੀਂ ਅਤੇ 12ਵੀਂ ਵਾਲਿਆਂ ਲਈ ਉਹਨਾਂ ਲਈ ਇਹ ਗੋਲਡਨ ਚਾਂਸ ਨਹੀਂ ਹੈਗਾ ਦੋਸਤੋ। ਅਤੇ ਉਹਨਾਂ ਨੇ ਕਿਹਾ, ਅਤੇ ਉਹਨਾਂ ਨੇ ਹੋਰ ਵੀ ਗੱਲ ਕਹੀ ਕਿ ਜਿਵੇਂ ਕਿ ਜਿਹੜਾ ਕਿ ਉਹਨਾਂ ਨੂੰ ਗੋਲਡਨ ਚਾਂਸ ਨਹੀਂ ਮਿਲਿਆ 2019 ਵਾਲਿਆਂ ਨੂੰ, ਕਿਉਂਕਿ ਉਹਨਾਂ ਨੂੰ ਆਲਰੇਡੀ ਮਤਲਬ ਜਿਹੜਾ ਕੰਪਾਰਟਮੈਂਟ ਦਾ ਪੇਪਰ ਆ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਹ ਕੰਪਾਰਟਮੈਂਟ ਵਾਲਾ ਇੱਕ ਚਾਂਸ ਮਿਲਿਆ ਹੀ ਆ ਦੋਸਤੋ। ਅਤੇ ਉਹ ਕਹਿ ਰਹੇ ਸੀਗੇ ਕਿ ਜਿਹੜਾ ਕੰਪਾਰਟਮੈਂਟ ਦਾ ਜਿਹੜਾ ਰਿਜ਼ਲਟ ਆਜੂਗਾ ਉਸ ਤੋਂ ਬਾਅਦ ਇੱਕ ਹੋਰ ਮੌਕਾ ਮਿਲੂਗਾ ਕਲਾਸ 10ਵੀਂ ਅਤੇ 12ਵੀਂ ਵਾਲਿਆਂ ਨੂੰ ਜਿਹੜੇ ਵੀ ਕੰਪਾਰਟਮੈਂਟ ਦੇ ਕਲੀਅਰ ਨਹੀਂ ਕਰ ਪਾਏ ਦੋਸਤੋ, ਅਤੇ ਉਹਨਾਂ ਨੂੰ ਇੱਕ ਹੋਰ ਮੌਕਾ ਮਿਲੂਗਾ ਦੋਸਤੋ। ਅਤੇ ਹੁਣ ਆਪਾਂ ਦੇਖਾਂਗੇ ਕਿ ਗੋਲਡਨ ਚਾਂਸ ਆਊਗਾ ਕਿ ਮਤਲਬ ਇੱਕ ਹੋਰ ਮੌਕਾ ਮਿਲੂਗਾ ਉਹਨਾਂ ਨੂੰ ਦੋਸਤੋ, ਇਹ ਗੱਲ ਕਹੀ ਆ ਉਹਨਾਂ ਨੇ। ਅਤੇ ਇੱਕ ਹੋਰ ਕਨਫਿਊਜ਼ਨ ਹੈਗੀ ਆ ਦੋਸਤੋ ਕਿ ਜਿਹੜਾ ਗੋਲਡਨ ਚਾਂਸ ਦਾ ਮਤਲਬ ਵਿੱਚ ਅਪੀਅਰ ਕੌਣ ਕੌਣ ਹੋ ਸਕਦਾ, ਜਿਨ੍ਹਾਂ ਦੀ ਕੰਪਾਰਟਮੈਂਟ ਆ ਉਹ ਅਪੀਅਰ ਹੋ ਸਕਦੇ ਨੇ ਉਹਦੇ ਵਿੱਚ, ਕਿ ਜਿਹੜੇ ਮਤਲਬ ਫੇਲ ਹੋ ਗਏ ਨੇ ਕਿ ਉਹ ਵੀ ਅਪੀਅਰ ਹੋ ਸਕਦੇ ਆ ਦੋਸਤੋ। ਅਤੇ ਉਹਨਾਂ ਨੇ ਇਹ ਵੀ ਗੱਲ ਕਹੀ ਜਿਹੜੇ ਗੋਲਡਨ ਚਾਂਸ ਆ ਜੀ 2003 ਤੋਂ ਲੈ ਕੇ 2018 ਦੇ ਵਿੱਚ ਜਿਹੜੇ ਹੈਗੇ ਆ ਉਹਦੇ ਵਿੱਚ ਜਿਹੜੇ ਗੋਲਡਨ ਚਾਂਸ ਦੇ ਫਾਰਮ ਨੇ ਉਸ ਵਿੱਚ ਸਿਰਫ ਉਹੀ ਅਪੀਅਰ ਕਰ ਸਕਦਾ ਵਾ ਜਿਹੜੇ ਕਿ ਜਿਨ੍ਹਾਂ ਦੀ ਕੰਪਾਰਟਮੈਂਟ ਆਈ ਸੀ। ਜਿਹੜੇ ਫੇਲ ਹੋ ਗਏ ਨੇ ਉਹ ਗੋਲਡਨ ਚਾਂਸ ਦਾ ਫਾਰਮ ਨਹੀਂ ਭਰ ਸਕਦੇ ਦੋਸਤੋ, ਜਿਨ੍ਹਾਂ ਦੀ ਕੰਪਾਰਟਮੈਂਟ ਸੀਗੀ ਅਤੇ ਉਹ ਕਲੀਅਰ ਨਹੀਂ ਕਰ ਪਾਏ ਸੀਗੇ ਉਹੀ ਸਿਰਫ ਗੋਲਡਨ ਚਾਂਸ ਦਾ ਫਾਰਮ ਭਰ ਸਕਦੇ ਆ ਦੋਸਤੋ। ਅਤੇ ਬਾਕੀ ਗੱਲ ਕਰੀਏ ਜੀ ਆਪਾਂ ਕਲਾਸ 10ਵੀਂ ਅਤੇ 12ਵੀਂ ਵਾਲੇ ਦੋਨੋਂ ਪਰ ਤੁਸੀਂ ਫੇਲ ਨਹੀਂ ਹੋਣੇ ਚਾਹੀਦੇ ਦੋਸਤੋ, ਤੁਹਾਡੀ ਕੰਪਾਰਟਮੈਂਟ ਹੋਣੀ ਚਾਹੀਦੀ ਹੈ ਦੋਸਤੋ।